फतेहगढ़ साहब के थाना बडाली आला सिंह की पुलिस ने अन्ने कतल की गुत्थी नूं 48 घंटिया विच सुलझाउण विच सफलता हासिल की है। इस संबंधी SSP फतेहगढ़ साहब अमनीत कौंडल ने दस्या कि मृतक तरसेम सिंह की पत्नी परमजीत कौर दे मृतक के सके भरा सुखविंदर सिंह नाल नजायज संबंध सन। इसके चलद ही सुखविंदर सिंह ने तरसेम सिंह नूं अपने रास्ते जो हटाने लई अपने साथियों नाल मिलकर उसका कतल कर दिता। पुलिस ने सुखविंदर सिंह, परमजीत कौर, अजय ते अर्जुन कुमार नूं गिरफ्तार कर लिया है, जिन्हां नूं अदालत विच पेश करके रिमांड ते लैके होर पुछगिछ की जाएगी। थाना बडाली आला सिंह च जी 25-26 की दरमियानी रात न एक ब्लाइंड मर्डर रिपोर्ट होया सी। होया तो पुलिस नू 26 तरीक न दोपहर के टाइम इनफॉरमेशन मिली सी कि एक अनआइडेंटिफाइड बॉडी का कतल किया जाता है। जदों मौके ते पुलिस गई, SHO बडाली आला सिंह नवदीप, DSP बसी पठाना, उन्होंने नाल ही SPD DSPD भी चले गए सी। बाद च मैं भी मौके ते गई सी। उत्थे फाइनली आइडेंटिफाई होया सी कि जिहड़ा मृतक है वह तरसेम सिंह है, बरास पिंड दा रहण वाला है। करीब 44 साल उहदी उमर सीगी। ते मौके ते सानू कई तरह की एविडेंस भी मिली सी, जिहनू टैक्निकली ते बहुत ही ह्यूमन इंटेलीजेंस नाल असी स्पैशली SHO बडाली आला सिंह ने बहुत ही वधिया तरीके नाल इनवैसटीगेट किया। ਤੇ ਉਹਨਾਂ ਦੀ ਮਿਹਨਤ ਸਦਕਾ ਸਾਰੀ ਟੀਮ ਐਫਰਟ ਨਾਲ 48 ਆਰਸ ਚ ਹੀ ਇੱਕ ਜਿਹੜਾ ਬਲਾਈਂਡ ਮਰਡਰ ਕੇਸ ਸੀ ਇਹਦੀ ਗੁੱਥੀ ਸੁਲਝਾ ਦਿੱਤੀ ਗਈ ਹੈ। ਤੇ ਜਿਹੜੇ ਮੇਨ ਅਕਿਊਜ਼ ਸੀਗੇ 4 ਉਹ ਫੜੇ ਵੀ ਜਾ ਚੁੱਕੇ ਹੈ। ਇਹਦਾ ਮੇਨ ਗੱਲ ਇਹ ਪਤਾ ਲੱਗੀ ਹੈ ਕਿ ਜਿਹੜਾ ਮ੍ਰਿਤਕ ਸੀ ਉਹਦਾ ਭਰਾ ਤੇ ਉਹਦੀ ਵਾਈਫ ਉਹੀ ਇੱਕ ਕਿਲਿੰਗ ਦੇ ਮਾਸਟਰ ਮਾਈਂਡ ਸੀਗੇ। ਤੇ ਜਿਹੜੀ ਪੁੱਛਗਿੱਛ ਹੁਣ ਤੱਕ ਕੀਤੀ ਗਈ ਹੈ ਉਹਦੇ ਚ ਪਤਾ ਲੱਗਿਆ ਹੈ ਕਿ ਜਿਹੜਾ ਉਹਦਾ ਭਰਾ ਸੀ ਸੁਖਵਿੰਦਰ ਸਿੰਘ ਉਹ ਵੀ ਉੱਥੇ ਦਾ ਹੀ ਬਰਾਸ ਦਾ ਹੀ ਰਹਿਣ ਵਾਲਾ ਹੈ। ਉਹਨੇ ਕੁਹਾੜੀ ਨੂੰ ਯੂਜ਼ ਕੀਤਾ ਇਹਨੂੰ ਮਾਰਨ ਲਈ, ਸਿੰਗਲ ਸਟੈਬ ਵੂਨ ਸੀਗਾ। ਤੇ ਇਹਦੇ ਚ ਇਹਦੀ ਪਲੈਨਿੰਗ ਬੇਸਿਕਲੀ ਇਹਦਾ ਜਿਹਦੀ ਵਾਈਫ ਸੀ ਮ੍ਰਿਤਕ ਦੀ ਪਰਮਜੀਤ ਕੌਰ, ਇਹਨਾਂ ਦੋਨਾਂ ਦਾ ਐਕਸਟਰਾ ਮੈਰਿਟਲ ਅਫੇਅਰ ਸੀ। ਤੇ ਉਹੀ ਇਹਨੂੰ ਕੰਪੈਲ ਕਰਦੀ ਸੀ ਵੀ ਬਿਕੋਜ਼ ਉਹਦਾ ਵੀ ਆਪਸ ਚ ਬਣਦੀ ਨਹੀਂ ਸੀ ਵੀ ਇਹਦਾ ਖਾਤਮਾ ਕਰਨਾ ਪੈਣਾ। ਇਸ ਕਰਕੇ ਇਹਨਾਂ ਨੇ ਇਸ ਕੇਸ ਚ 3 ਬੰਦੇ ਹੋਰ 50,000 ਦਾ ਲਾਲਚ ਲੈ ਕੇ ਇਨਵੋਲਵ ਕੀਤੇ ਤੇ ਸਾਰੀ ਪਲੈਨਿੰਗ ਕੀਤੀ। ਤੇ ਬਾਕੀ ਅਸੀਂ ਤਫਤੀਸ਼ ਚ ਦੇਖ ਰਹੇ ਹਾਂ ਕੀ ਅੱਗੇ ਸਾਹਮਣੇ ਆਏਗਾ। ਔਰ 4 ਦੀ ਅਰੈਸਟ ਪੈ ਚੁੱਕੀ ਹੈ। ਐਂਡ ਕ੍ਰੈਡਿਟ ਗੋਜ਼ ਟੂ SHO ਬਡਾਲੀ ਵਾਲਾ ਸਿੰਘ, ਨਵਦੀਪ ਔਰ DSP ਬਸੀ ਕਿ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇੰਨਾ ਮੇਜਰ ਕ੍ਰਾਈਮ 48 ਆਵਰਸ ਦੇ ਅੰਦਰ ਅੰਦਰ ਟਰੇਸ ਕੀਤਾ ਹੈ। ਔਰ ਇੱਕ ਅਸੀਂ ਸੁਸਾਇਟੀ ਨੂੰ ਵੀ ਲੈਸਨ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਕ੍ਰਾਈਮ ਵੀ ਹੋ ਰਹੇ ਹੈ ਕਿ ਇਲਿਸਿਟ ਰਿਲੇਸ਼ਨ ਔਰ ਪੈਸਿਆਂ ਵਿੱਚ ਲੋਕੀ ਆਪਣੇ ਘਰਦਿਆਂ ਨੂੰ ਹੀ ਮਾਰ ਸਕਦੇ ਹੈ। ਥੈਂਕ ਯੂ। ਇਸੇ ਤਰ੍ਹਾਂ ਦਸੂਹਾ ਪੁਲਿਸ ਨੇ ਬੀਤੇ ਦਿਨੀ ਕਾਰ ਬਾਜ਼ਾਰ ਮਾਲਕ ਦੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ DSP ਦਸੂਹਾ ਅਨਿਲ ਭਨੋਟ ਨੇ ਦੱਸਿਆ ਕਿ ਮ੍ਰਿਤਕ ਪਰਮਜੀਤ ਸਿੰਘ ਦਾ ਕਤਲ ਉਸਦਾ ਲਾਇਸੈਂਸੀ ਰਿਵਾਲਵਰ ਖੋਹਣ ਲਈ ਭੁਪਿੰਦਰ ਸਿੰਘ ਵਾਸੀ ਪਿੰਡ ਜੰਡੌਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਸੀ। ਪੁਲਿਸ ਵੱਲੋਂ ਉਸਦੇ ਸਾਥੀਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿਵੇਂ ਤੁਹਾਨੂੰ ਪਹਿਲਾਂ ਪਤਾ ਕਿ 20 ਤਰੀਕ ਨੂੰ 20 ਜੁਲਾਈ ਨੂੰ ਦਾਣਾ ਮੰਡੀ ਦਸੂਹਾ ਸ਼ਾਮ ਨੂੰ 6:15 ਦੇ ਵਿੱਚ ਇੱਕ ਇੰਸੀਡੈਂਟ ਹੋਇਆ ਜਿਹਦੇ 'ਚ ਅਨਫੋਰਚੁਨੇਟ ਇੰਸੀਡੈਂਟ ਸੀਗਾ, ਜਿਹਦੇ ਵਿੱਚ ਇੱਕ ਸੇਲ ਪਰਚੇਜ਼ ਦਾ ਕੰਮ ਕਰਨ ਵਾਲੇ ਸਰਦਾਰ ਪਰਮਜੀਤ ਸਿੰਘ, ਜਿਨ੍ਹਾਂ ਦੀ ਉਮਰ 42 ਸਾਲ ਦੀ, ਪਿੱਛੋਂ ਪਿੰਡ ਦੇਵੀਦਾਸ ਦੇ ਰਹਿਣ ਵਾਲੇ ਸੀ, ਉਹਨਾਂ ਦੀ ਕੁਛ ਅਨਨੋਨ ਬੰਦਿਆਂ ਨੇ ਗੋਲੀ ਮਾਰੀ ਸੀ ਅਤੇ ਜਿਨ੍ਹਾਂ ਦੀ ਉੱਥੇ ਇਲਾਜ ਦੌਰਾਨ ਹਸਪਤਾਲ ਵਿੱਚ ਡੈਥ ਹੋ ਗਈ ਸੀ। ਇਹਦੇ ਰਿਗਾਰਡਿੰਗ ਥਾਣਾ ਦਸੂਹਾ ਦੇ ਵਿੱਚ ਮੁਕੱਦਮਾ ਨੰਬਰ 160 ਦਰਜ ਹੋਇਆ ਸੀ, 392-302 34 IBC 25 57 ਡਾਇਰੈਕਸ਼ਨ। ਕਿਉਂਕਿ ਤੁਸੀਂ ਵੀ ਸਾਰੇ ਉਦੋਂ ਮੌਕੇ 'ਤੇ ਸੀਗੇ, ਮੌਕਾ ਦੇਖਿਆ ਸਾਰਿਆਂ ਨੇ, CCTV ਫੁਟੇਜ ਹੀ ਸਿਰਫ ਸਾਡੇ ਕੋਲ ਇੱਕ ਹਥਿਆਰ ਸੀਗਾ, ਜਿਹੜਾ ਕਿ ਹਾਂ ਵੀ ਇਸ ਬੰਦੇ ਦੀ ਦੁਕਾਨ ਦੇ ਵਿੱਚ CCTV ਕੈਮਰਾ ਫੋਰਚੁਨੇਟਲੀ ਚੱਲ ਰਿਹਾ ਸੀ ਅਤੇ ਉਹਦੇ ਵਿੱਚ ਦੋਵਾਂ ਬੰਦਿਆਂ ਦੀ, ਅਨਨੋਨ ਬੰਦਿਆਂ ਦੀ, ਜਿਨ੍ਹਾਂ ਨੇ ਮੂੰਹ 'ਤੇ ਆਪਣੇ ਪਰਨੇ ਬੰਨੇ ਹੋਏ ਸੀ, ਮੂੰਹ ਲੁਕੋਏ ਹੋਏ ਸੀ, ਅਤੇ ਉਹ ਸਾਰੀ ਘਟਨਾ ਜਿਹੜੀ CCTV ਵੀ ਦੁਕਾਨ 'ਤੇ ਕੈਦ ਹੋ ਗਈ ਸੀ। ਉਹਦੇ ਬਿਹਾਫ 'ਤੇ ਅਸੀਂ ਇਹ ਵੀ ਇੱਕ ਜਦੋਂ ਉਹਨੂੰ ਗੌਰ ਨਾਲ ਬਚਿਆ ਅਤੇ CCTV ਫੁਟੇਜ ਤੁਸੀਂ ਵਾਰ ਵਾਰ ਦੇਖਦੇ ਹੋ, ਤੁਹਾਨੂੰ ਪਤਾ ਲੱਗਦਾ ਕਿ ਹਾਂ ਵੀ ਉਹ ਬੰਦਾ ਜਿਸ ਬੰਦੇ ਨੇ ਇੰਸੀਡੈਂਟ ਕੀਤਾ, ਅੰਦਰ ਫਾਇਰ ਕੀਤਾ ਅਤੇ ਉਹ ਬਾਹਰ ਜਦੋਂ ਨਿਕਲਣ ਲੱਗੇ ਹੱਥੋਂ ਪਾਈ ਹੁੰਦੇ ਆ ਅਤੇ ਬਾਹਰੋਂ ਇਸ਼ਾਰਾ ਵੀ ਕਰਦਾ, ਜਿੱਥੋਂ ਸਾਨੂੰ ਯਕੀਨ ਹੋ ਗਿਆ ਕਿ ਇਹਨਾਂ ਦੇ ਨਾਲ ਦੋ ਦੇ ਨਾਲ ਕੋਈ ਤੀਜਾ ਚਾਹ ਚੌਥਾ ਬੰਦਾ ਹੋ ਗਿਆ, ਕਿਉਂਕਿ ਬਲਾਇੰਡ ਸੀ ਟੋਟਲ, ਕੋਈ ਇਨਫੋਰਮੇਸ਼ਨ ਨਹੀਂ ਸੀ। ਅਤੇ ਇਸ ਕਰਕੇ ਪੁਲਿਸ ਵਾਸਤੇ ਇਹ ਬਹੁਤ ਵੱਡੀ ਚੁਣੌਤੀ ਸੀ ਕਿ ਹਾਂ ਵੀ ਇਸ ਨੂੰ ਹਿਊਮਨ ਦੇ ਜਿਹੜਾ ਮਰਡਰ ਹੋਇਆ, ਇਹਦੇ ਜਿਹੜੇ ਕੌਣ ਨੇ ਦੋਸ਼ੀ, ਕੌਣ ਆਰੋਪੀ ਨੇ, ਉਹਨਾਂ ਨੂੰ ਫੜਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਸੀ। ਅਤੇ ਇਸ ਨੂੰ ਲੱਭਣ ਵਾਸਤੇ SSP ਸਾਹਿਬ ਵੱਲੇ ਪੂਰਾ ਸਾਨੂੰ ਇੰਸਟਰਕਸ਼ਨ ਸੀਗੀਆਂ ਕਿ ਹਾਂ ਵੀ ਜਿੰਨੀ ਛੇਤੀ ਹੋਵੇ ਜੀ, ਜਿੱਦਾਂ ਵੀ ਹੋਵੇ, ਕੋਈ ਟੈਕਨੀਕਲ ਸਪੋਰਟ ਹੈਗੀ ਆ ਜਾਂ ਕੋਈ ਵੀ ਹੈਗੀ ਸਪੋਰਟ ਹੈਗੀ, ਉਸ ਹਿਸਾਬ ਨੂੰ ਬਣਾ ਕੇ ਪੇਸ਼ ਕਰੋ।
तो जो उन्होंने हदायत मैं भी एस एच ओ दसूहा ने जी टीम बनाई टीम बना के एक आप ह्यूमन इंटैलीजेंस कर इकट्ठी करने की कोशिश भी की टैक्नीकल इंटैलीजेंस टैक्नीकल इंटैलीजेंस की जी कि सी सी टी वी फुटेज है जी वो साडा लिंक चलता रहा ह्यूमन इंटैलीजेंस नाल साडी डिवेलप हुई तो असी पहला ये एस्टैबलिश किया कि हाँ भी बंदे दो के तीन ने फिर जिमें जिमें सानू असी लागे लागे पिंड हरेक बंदे ने सी सी टी वी फुटेज भी शेयर की कि ताकि सानू कोई ना कोई इनफॉर्मेशन आवे तो उस जी सा टीम है एस एच ओ दसूहा की जाल भी जोड़े जिन्ना भी इन्हों स्टाफ से इन्होंने लागे लागे पिंड इस चीज़ को एस्टैबलिश करने वास्ते हर तरीके ह्यूमन सोर्स के नाल सी सी टी वी फुटेज की मदद ली सानू ये क्लीयर हो गया कि ये बंदे दो तो तीन ने फिर देखा कि हाँ भी जरा इन्हों का व्हीकल है व्हीकल आइडेंटिफाई करने की कोशिश की तो जिदा जिदा सी सी टी वी फुटेज या कोई सानू ह्यूमन इंटैलीजेंस मिलती गई उस हिसाब न एंड गल आ के रुकी कि हाँ भी ये बंदा भुपिंदर सिंह रिशपिंदा ये जंडौर पिंड है ऑलरेडी पहला ये खिलाफ़ छे मुकदमे दर्ज ने उन्होंने बेचों कई मुकदमे कोर्ट के चल रहे हैं तो कई अजे मतलब ये बंदा बरी हो चुका है सर तुसी कारण देख इन्हों का मेन लुटखो का कारण से जी जरा परमजीत सिंह सी वो एक लाइसेंसी रिवॉल्वर रखता से अपने को बत्ती कोर का मेन ये जरा बंदा सी अरेस्ट किया इन्हें पहला उसकी रैकी भी की है सिर्फ वैपन होना ही अजे फिलहाल कारण स्पष्ट नज़र आ रहा बाकी अजय क्योंकि यह कल रात ही अरेस्ट हुई है तो यू हम कोर्ट च पेश करके आए हैं पांच दिन का मान सूँ ऑनरेबल कोर्ट ने देता है बाकी ये एस्टैबलिश करने की कोशिश करेंगे कि हाँ भी इन्हों का होर पिछे मंत्र की सकता।